ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਲਾਈਵ ਭਾਰਤ ਤੇ। ਅੱਜ ਆਪਾਂ ਗੱਲ ਕਰਾਂਗੇ ਪ੍ਰਸ਼ਾਦੇ ਦੀ। ਜੀ ਬਿਲਕੁਲ ਸਹੀ ਸੁਣਿਆ ਤੁਸੀਂ, ਪ੍ਰਸ਼ਾਦੇ ਦੀ ਗੱਲ ਕਰਾਂਗੇ। ਤੇ ਪ੍ਰਸ਼ਾਦਾ ਉਹ ਜਿਹੜਾ ਅਸੀਂ ਸਵੇਰੇ ਸ਼ਾਮ ਦੁਪਹਿਰੇ ਰੋਜ਼ ਛਕਦੇ ਹਾਂ, ਹਰ ਘਰ 'ਚ ਪ੍ਰਸ਼ਾਦਾ ਬਣਦਾ, ਉਸ ਪ੍ਰਸ਼ਾਦੇ ਦੀ ਗੱਲ ਕਰਾਂਗੇ। ਤੇ ਪ੍ਰਸ਼ਾਦਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਤੇ ਉਸ ਪ੍ਰਸ਼ਾਦੇ ਨਾਲ ਸਾਡੇ ਸਰੀਰ ਦਾ ਕਿਸ ਤਰ੍ਹਾਂ ਨਿਰਮਾਣ ਹੁੰਦਾ, ਉਸ ਦੇ ਬਾਰੇ ਵੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡੀ ਜਾਣਕਾਰੀ ਦੱਸ ਦਈਏ ਕਿ ਆਹਾਰ ਜਿਹੜਾ ਉਹ ਸਰੀਰ ਦਾ ਨਿਰਮਾਣ ਕਰਦਾ, ਅਤੇ ਆਪਾਂ ਜਿਸ ਤਰ੍ਹਾਂ ਦਾ ਪ੍ਰਸ਼ਾਦਾ ਛਕਾਂਗੇ, ਜੋ ਆਹਾਰ ਲਵਾਂਗੇ, ਉਹਦੇ ਨਾਲ ਸਾਡਾ ਸਰੀਰ ਨਿਰਮਾਣ ਬਣੇਗਾ। ਲੇਕਿਨ ਅੱਜ ਦੇ ਸਮੇਂ 'ਤੇ ਬਹੁਤ ਵੱਡੀ ਪ੍ਰੋਬਲਮ ਖੜੀ ਹੋ ਗਈ ਹੈ। ਅੱਜ ਗੱਲ ਕਰੀਏ ਪੰਜਾਬ ਦੀ, ਤਾਂ 90% ਲੋਕਾਂ ਦਾ ਢਿੱਡ ਬਾਹਰ ਵਧਿਆ ਹੋਇਆ ਜੇ। 90% ਲੋਕ ਗੈਸ ਤੋਂ ਪਰੇਸ਼ਾਨ ਹਨ, ਸ਼ੂਗਰ ਤੋਂ ਪਰੇਸ਼ਾਨ ਹਨ। ਕੀ ਕਾਰਨ ਹੈ ਕਿ ਇੱਕਦਮ ਹੀ ਇੰਨੀ ਜ਼ਿਆਦਾ ਬਿਮਾਰੀਆਂ ਸਾਡੇ ਸਰੀਰ ਦੇ ਵਿੱਚ ਆ ਗਈਆਂ? ਜੇ ਆਪਾਂ ਪੁਰਾਣੀ ਗੱਲ ਕਰਦੇ ਹਾਂ ਤਾਂ ਸਾਡੇ ਵਡੇਰਿਆਂ ਦੇ ਵਿੱਚ ਇਸ ਤਰ੍ਹਾਂ ਬਿਮਾਰੀਆਂ ਨਹੀਂ ਸੀ, ਲੇਕਿਨ ਅੱਜ ਦੇ ਸਮੇਂ 'ਤੇ ਹਰ ਵਿਅਕਤੀ, ਛੋਟੀ ਜਿਹੀ ਉਮਰ ਤੋਂ 30 ਤੋਂ 35 ਸਾਲ ਦੀ ਉਮਰ ਦੇ ਵਿੱਚ ਵਿਅਕਤੀ ਦੇ ਵਿੱਚ ਬਿਮਾਰੀਆਂ ਆ ਜਾਂਦੀਆਂ। ਉਹਦਾ ਕਾਰਨ ਕੀ ਹੈ? ਪ੍ਰਸ਼ਾਦਾ। ਪ੍ਰਸ਼ਾਦਾ ਕਿਸ ਤਰ੍ਹਾਂ ਬਣਾਉਣਾ ਚਾਹੀਦਾ, ਕਿੱਦਾਂ ਦਾ ਪ੍ਰਸ਼ਾਦਾ ਖਾਣਾ ਚਾਹੀਦਾ, ਉਹਦੇ ਲਈ ਆਪਾਂ ਗੱਲ ਕਰਾਂਗੇ। ਤਾਂ ਸਾਡੇ ਨਾਲ ਖਾਸ ਮਹਿਮਾਨ ਹਨ CA ਅਮਿਤ ਭੱਲਾ, ਫਾਊਂਡਰ ਪ੍ਰਸ਼ਾਦਾ ਫੂਡ ਪ੍ਰਾਈਵੇਟ ਲਿਮਿਟਡ ਦੇ। ਅਤੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਲਾਈਵ ਭਾਰਤ 'ਤੇ। ਥੈਂਕ ਯੂ ਸਰ, ਥੈਂਕ ਯੂ। ਇੱਕ ਫੂਡ ਜਿਹੜਾ, ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਦੱਸਿਆ, ਫੂਡ ਸਰੀਰ ਦਾ ਨਿਰਮਾਣ ਕਰਦਾ, ਸਾਡੇ ਸਰੀਰ ਦੇ ਸੈੱਲ ਜਿਹੜੇ ਬਣਦੇ ਆ ਸਾਡੇ ਫੂਡ ਨਾਲ ਬਣਦੇ ਆ। ਹੁਣ ਫੂਡ ਦੇ ਵਿੱਚ ਕਿਸ ਤਰ੍ਹਾਂ ਦੀ ਚੇਂਜਿਸ ਆਈ ਕਿ ਸਾਡੇ ਆਟੇ ਨਾਲ ਸਾਡਾ ਢਿੱਡ ਵਧਣਾ ਸ਼ੁਰੂ ਹੋ ਗਿਆ, ਸ਼ੂਗਰ ਹੋ ਗਈ, BP ਹੋ ਗਿਆ, ਇੱਥੇ ਤੱਕ ਕਿ ਕੁਝ ਲੋਕ ਜਿਨ੍ਹਾਂ ਨੂੰ ਹੈ ਉਹ ਅੱਜ ਦੇ ਸਮੇਂ 'ਤੇ ਬੜੀ ਅਨੋਖੀ ਜੀ ਜਿਹੜੀ ਐਲਰਜੀ ਕਹਿੰਦੇ ਆ, ਵੀਟ ਐਲਰਜੀ ਤੱਕ ਹੋਣੀ ਸ਼ੁਰੂ ਹੋ ਗਈ? ਕੀ ਕਾਰਨ ਹੈ ਕਿ ਉਹੀ ਕਣਕ ਪਹਿਲਾਂ ਖਾਂਦੇ ਸੀ, ਉਹੀ ਕਣਕ ਹੁਣ ਖਾਂਦੇ ਆ, ਪਰ ਉਹ ਪਹਿਲੀ ਕਣਕ ਨਾਲ ਹੁਣ ਕਣਕ ਜਿਹੜਾ ਫਰਕ ਪੈ ਗਿਆ? ਸਰ, ਸਭ ਤੋਂ ਵੱਡਾ ਰੀਜ਼ਨ ਦੇਖੋ, ਤੁਸੀਂ ਇਸ ਚੀਜ਼ ਨੂੰ ਇੱਦਾਂ ਸਮਝੋ ਕਿ ਪੁਰਾਣੇ ਟਾਈਮ 'ਚ ਜਿੰਨੇ ਵੀ ਲੋਕ ਹੁੰਦੇ ਸੀ ਜਾਂ ਜੋ ਵੀ ਸਾਡੇ ਮਤਲਬ ਪੁਰਾਣੇ ਲੋਕ ਹੁੰਦੇ ਸੀ, ਉਹ ਇਕੱਲੀ ਰੋਟੀ ਦੇ ਸਿਰ 'ਤੇ ਸਰ ਸਾਰਾ ਟਾਈਮ ਆਪਣੀ ਪੂਰੀ ਦਿਹਾੜੀ ਕੱਢਦੇ ਸੀ, ਖੇਤਾਂ 'ਚ ਕੰਮ ਕਰਦੇ ਸੀ, ਬਹੁਤ ਜ਼ਿਆਦਾ ਡਾਇਟ ਹੁੰਦੀ ਸੀ, ਪਰ ਮੇਜਰਲੀ ਡਾਇਟ ਜਿਹੜੀ ਉਹਨਾਂ ਦਾ ਜਿਹੜੀ ਐਨਰਜੀ ਲੈਂਦੇ ਸੀ ਉਹ ਰੋਟੀ ਤੋਂ ਲੈਂਦੇ ਸੀ। ਬਿਲਕੁਲ ਸਹੀ ਕਿਹਾ, ਉਦੋਂ ਪੀਜ਼ਾ ਬਰਗਰ ਵਰਗੀਆਂ ਚੀਜ਼ਾਂ ਵੀ ਨਹੀਂ ਹੁੰਦੀਆਂ ਸੀ, ਤੇ ਸਿਰਫ ਪਿਆਜ਼ ਨਾਲ ਰੋਟੀ ਖਾ ਕੇ, ਲੂਣ ਪਿਆਜ਼ ਤੇ ਰੋਟੀ ਖਾ ਕੇ ਵੀ ਮਿਹਨਤ ਕਰਦੇ ਸੀ ਤੇ ਚੰਗੇ ਭਲੇ ਹੁੰਦੇ ਸੀ। ਤੇ ਰੋਟੀ ਇੰਨੀ ਰੋਟੀ ਦੇ ਸਿਰ ਤੇ ਹੀ ਕਿੱਦਾਂ ਮਤਲਬ ਬੰਦਾ ਜਿੰਦਾ ਸੀ, ਹੁੰਦਾ ਕੀ ਸੀ ਕਿ ਰੋਟੀ 'ਚ ਬਹੁਤ ਤਾਕਤ ਹੁੰਦੀ ਸੀ। ਸਭ ਤੋਂ ਜਿਹੜਾ ਮੇਜਰ ਡਰੋਬੈਕ ਪਿਛਲੇ 20-25 ਸਾਲ ਸਪੈਸੀਫਿਕਲੀ ਪੰਜਾਬ 'ਚ ਹੋਇਆ, ਈਵਨ ਪਿੰਡਾਂ 'ਚ ਵੀ ਇਹ ਹੋ ਗਿਆ ਕਿ ਲੋਕ ਚੋਕਰ ਤੋਂ ਬਿਨਾਂ ਰੋਟੀ ਖਾਣਾ ਸ਼ੁਰੂ ਹੋ ਗਏ। ਜਦੋਂ ਮੈਂ ਵੀ ਪ੍ਰਸ਼ਾਦਾ ਸ਼ੁਰੂ ਕੀਤਾ, ਮੈਂ ਦੇਖਿਆ ਕਿ ਯਾਰ ਇੱਕ ਕਣਕ ਹੈ, ਕਣਕ ਦਾ ਜਿਹੜਾ ਛਿਲਕਾ ਹੈ ਉਹ ਰੱਬ ਨੇ ਦਿੱਤਾ, ਵੀ ਆਰ ਨੇਚਰ, ਆਪਾਂ ਨੇਚਰ ਦੇ ਪਾਰਟ ਹਾਂ। ਸਾਨੂੰ ਪਤਾ ਵਾ ਕਿ ਜਿਹੜਾ ਕਣਕ ਦੇ ਵਿੱਚ ਜਿਹੜਾ ਛਿਲਕਾ ਹੈਗਾ ਉਤਲਾ, ਉਹਦੇ ਤੋਂ ਹੀ ਉਹਦੇ 'ਚ ਸਭ ਤੋਂ ਜ਼ਿਆਦਾ ਜਿਹੜੀ ਐਨਰਜੀ ਹੁੰਦੀ ਹੈ ਕਣਕ ਦੀ, ਉਹ ਛਿਲਕੇ ਦੇ ਵਿੱਚ ਹੁੰਦੀ ਹੈ। ਅਤੇ ਉਹਨੂੰ ਹੀ ਆਪਾਂ ਕੱਢ ਕੇ, ਚੋਕਰ ਕੱਢ ਕੇ ਰੋਟੀ ਆਟਾ ਬਣਾਉਣਾ ਸ਼ੁਰੂ ਕਰਤਾ, ਜ਼ਿਆਦਾ ਸੌਫਟ ਕਹਿ ਲਓ, ਜ਼ਿਆਦਾ ਰਬੜੀ ਰੋਟੀ ਲੈਣੀ ਸ਼ੁਰੂ ਕਰਤੀ। ਉਹਦੇ ਕਾਰਨ ਹੀ ਤੁਸੀਂ ਦੇਖੋ ਅੱਜ ਦੀ ਡੇਟ 'ਚ ਤੁਸੀਂ ਢਾਬੇ ਦੀ ਰੋਟੀ ਖਾ ਲਓ, ਤੁਸੀਂ ਨਾਨ ਕੁਲਚੇ ਖਾ ਲਓ, ਜਾਂ ਕਿਤੇ ਵੀ ਚਲੇ ਜਾਓ ਬਾਹਰ, ਤੁਹਾਨੂੰ ਬਹੁਤ ਜ਼ਿਆਦਾ ਵਾਈਟ ਰੋਟੀ ਬਿਨਾਂ ਚੋਕਰ ਦੀ ਰੋਟੀ ਤੁਹਾਨੂੰ ਮਿਲੇਗੀ। ਉਹਦੇ ਕਾਰਨ ਸਾਨੂੰ ਸਭ ਤੋਂ ਜ਼ਿਆਦਾ ਬਿਮਾਰੀਆਂ ਸਭ ਬਹੁਤ ਸਾਡੀ ਬੋਡੀ ਨੇ ਸਫ਼ਰ ਕੀਤਾ। ਇੱਕ ਇਗਜ਼ਾਮਪਲ ਦਿੰਦਾ ਮੈਂ ਕਿ ਆਪਾਂ ਹਰ 3 ਘੰਟੇ ਬਾਅਦ ਕੀ ਖਾਂਦੇ ਹਾਂ? ਆਪਾਂ ਹਰ 3 ਘੰਟੇ ਬਾਅਦ ਰੋਟੀ ਖਾਂਦੇ ਹਾਂ। ਸਾਨੂੰ ਵੀ ਪਤਾ ਪੰਜਾਬੀ ਬੰਦਾ ਰੋਟੀ ਤੋਂ ਬਿਨਾਂ ਨਹੀਂ ਰਹਿ ਸਕਦਾ। ਰੋਟੀ ਉਹਨੂੰ ਇਮੀਜੀਏਟ ਗਲੂਕੋਸ, ਉਹਨੂੰ ਇਮੀਜੀਏਟ ਐਨਰਜੀ ਜਿਹੜੀ ਹੈ ਰੋਟੀ ਤੋਂ ਮਿਲਦੀ ਹੈ। ਪਰ ਰੋਟੀ ਦਾ ਉਹ ਇਹ ਨਹੀਂ ਸੋਚਦਾ ਕਿ ਜਿਹੜੀ ਮੈਂ ਹਰ 3 ਘੰਟੇ ਬਾਅਦ ਚੀਜ਼ ਖਾ ਰਿਹਾ, ਆਪਣੇ ਡਾਈਜੈਸਟ ਆਪਣੇ ਪੇਟ ਦੇ ਵਿੱਚ ਪਾ ਰਿਹਾ, ਜਦੋਂ ਬਿਲਕੁਲ ਵੀ ਉਹਦਾ ਫੋਕਸ ਨਹੀਂ ਹੈਗਾ ਕਿ ਮੈਂ ਕਿਸ ਕੁਆਲਿਟੀ ਦੀ ਖਾ ਰਿਹਾ। ਬਹੁਤ ਵੱਡੀ ਗੱਲ ਕੀਤੀ ਕਿ ਕਿਸ ਕੁਆਲਿਟੀ ਦੀ ਖਾ ਰਿਹਾ। ਸਭ ਤੋਂ ਪਹਿਲਾਂ ਤਾਂ ਆਪਾਂ ਧੋਖਾ ਇੱਥੇ ਆਪਣੇ ਆਪ ਨਾ ਕਰਦੇ ਹਾਂ ਕਿ ਆਪਾਂ ਕੀ ਖਾ ਰਹੇ ਹਾਂ। ਅਸੀਂ ਆਪਣੀ ਖੁਰਾਕ ਦੇ ਨਾਲ ਕੰਜੂਸੀ ਕਰ ਲੈਂਦੇ ਹਾਂ, ਲੇਕਿਨ ਹੋਸਪਿਟਲ ਦੇ ਵੱਡੇ ਵੱਡੇ ਬਿੱਲ ਜਿਹੜੇ ਨਾ ਉਹਨੂੰ ਦੇਣ ਦੇ ਲਈ ਸਾਨੂੰ ਮਜਬੂਰ ਹੋਣਾ ਪੈਂਦਾ ਜਦੋਂ ਆਪਣੀ ਖੁਰਾਕ ਦੇ ਨਾਲ ਆਪਾਂ ਸਭ ਤੋਂ ਪਹਿਲਾਂ ਕੰਪਰੋਮਾਈਜ਼ ਕਰਦੇ ਹਾਂ। ਤਾਂ ਬਹੁਤ ਵੱਡੀ ਗੱਲ ਕੀਤੀ ਹੈ ਕਿ ਆਪਾਂ ਕੀ ਖਾ ਰਹੇ ਹਾਂ, ਇਹ ਸਭ ਤੋਂ ਪਹਿਲਾਂ ਮੈਟਰ ਕਰਦਾ। ਫਿਰ ਦੂਜੀ ਚੀਜ਼ ਇਹ ਹੋਈ ਪਿਛਲੇ 20-25 ਸਾਲ ਤੋਂ ਕਿ ਹਮੇਸ਼ਾ ਜਿਹੜਾ ਆਟਾ ਵਾ ਉਹ ਪਹਾੜੀ ਪੱਥਰ 'ਤੇ ਹੀ ਬਣਦਾ ਰਿਹਾ। ਫਿਰ ਐਮਰੀਜ਼ ਆਉਣ ਤੋਂ ਬਾਅਦ, ਐਮਰੀਜ਼ ਕੀ ਹੁੰਦਾ, ਐਮਰੀ ਇੱਕ ਛੋਟੀਆਂ ਚੱਕੀਆਂ ਹੁੰਦੀਆਂ ਜਿਹਦੇ 'ਚ ਕਿ ਉਹ ਇੰਨੀ ਤੇਜ਼ ਘੁੰਮਦੀਆਂ ਵਾ, 400-500 ਚੱਕਰ 'ਤੇ ਮਤਲਬ 1 ਮਿੰਟ ਦੇ ਚੱਕਰ ਦੇ ਨਾਲ ਸਪੀਡ ਨਾਲ ਉਹ ਘੁੰਮਦੀਆਂ, ਉਹ ਕਿ ਆਟੇ ਨੂੰ ਬਿਲਕੁਲ ਹੀ ਬਾਰੀਕ ਕਰ ਦਿੰਦੀਆਂ। ਉਹ ਇੰਨਾ ਬਰੀਕ ਕਰ ਦਿੰਦੀਆਂ ਕਿ ਉਹਦਾ ਚੋਕਰ, ਉਹਦੇ ਨਿਊਟ੍ਰੀਐਂਟਸ ਜਿੰਨੇ ਹੁੰਦੇ ਆ ਉਹ ਸਾਰੇ ਬਰਨ ਹੋ ਜਾਂਦੇ, ਉਹ ਬਹੁਤ ਹੀ ਬਾਰੀਕ ਆਟਾ ਹੋ ਜਾਂਦਾ, ਜਿਹਦੇ ਕਾਰਨ ਕਿ ਉਹ ਆਟਾ ਤੁਸੀਂ ਸਮਝੋ ਸਾਡੀ ਬੋਡੀ ਵਾਸਤੇ ਕਿ ਕਾਗਜ਼ ਦੀ ਤਰ੍ਹਾਂ ਵਾ, ਕੁਛ ਨਹੀਂ ਗਾ, ਇਸ ਤੋਂ ਵੱਧ ਕੁਛ ਨਹੀਂ ਗਾ। ਇਸੇ ਕਰਕੇ ਹੀ ਪ੍ਰਸ਼ਾਦਾ ਜਿਹੜੀ ਲਾਂਚ ਕਰਨ ਦਾ ਰੀਜ਼ਨ ਇਹੀ ਹੋਗਾ ਸੀ ਕਿ ਆਪਾਂ ਲੋਕਾਂ ਨੂੰ ਦੱਸ ਸਕੀਏ ਕਿ ਯਾਰ ਤੁਸੀਂ ਚੋਕਰ ਆਟਾ ਖਾਣਾ ਸ਼ੁਰੂ ਕਰੋ, ਪੇਂਡੂ ਆਟਾ। ਇਸੇ ਕਰਕੇ ਆਪਾਂ ਨਾਮ ਉਹਦਾ ਪੇਂਡੂ ਰੱਖਿਆ। ਪ੍ਰਸ਼ਾਦਾ ਰੱਖਣ ਦਾ ਰੀਜ਼ਨ ਵੀ ਇਹ ਸੀ ਕਿ ਪ੍ਰਸ਼ਾਦਾ ਇਕੱਲੀ ਰੋਟੀ ਨਹੀਂ ਹੋਣੀ ਚਾਹੀਦੀ, ਪ੍ਰਸ਼ਾਦਾ ਜੋ ਪੁਰਾਣੇ ਟਾਈਮ 'ਚ ਪ੍ਰਸ਼ਾਦਾ ਰਿਹਾ, ਜੋ ਰੋਟੀ 'ਚ ਜਾਨ ਰਹੀ ਹੈ,
ਉਹੀ ਉਹ ਰੋਟੀ ਨੂੰ ਉਸੇ ਤਰੀਕੇ ਦੀ ਰੋਟੀ ਨੂੰ ਆਪਾਂ ਲੋਕਾਂ ਤੱਕ ਪਹੁੰਚਾਈਏ ਅਤੇ ਉਸ ਤਰੀਕੇ ਦੀ ਤਾਕਤ ਵਾਲੀ ਰੋਟੀ ਚੋਕਰ ਵਾਲੀ ਰੋਟੀ ਲੋਕਾਂ ਨੂੰ ਦੇਈਏ। ਅਤੇ ਇਹਦੇ 'ਚ ਬੜੇ ਵੇਰੀਐਂਟਸ ਆਪਾਂ ਜਿਵੇਂ ਆਪਾਂ ਇਹਦੇ 'ਚ ਲਾਂਚ ਕੀਤੇ, ਜਿਵੇਂ ਇਹ ਸਾਡਾ ਪੇਂਡੂ ਆਟਾ, ਪੇਂਡੂ ਆਟਾ ਫੁੱਲ ਫਾਈਬਰ ਆਟਾ, ਇਹਦੇ 'ਚ ਆਪਾਂ ਬਿਲਕੁਲ ਚੋਕਰ ਨਹੀਂ ਕੱਢਦੇ। ਇਹ ਸਾਡਾ ਬਹੁਤ ਹੌਟ ਸੈਲਿੰਗ ਪ੍ਰੋਡਕਟ ਹੈਗਾ ਅੰਮ੍ਰਿਤਸਰ ਦੇ ਵਿੱਚ ਫੋਰ ਲਾਸਟ 2.5 ਈਅਰਸ 2 ਈਅਰਸ ਤੋਂ। ਇਹ ਇੱਕ ਨਵਾਂ ਪ੍ਰੋਡਕਟ ਆਪਾਂ ਲਾਂਚ ਕੀਤਾ, ਐੱਮ ਪੀ ਸ਼ਰਬਤੀ ਪੇਂਡੂ ਆਟਾ। ਵਟ ਵੀ ਆਰ ਡੂਇੰਗ ਇਨ ਦਿਸ ਪ੍ਰੋਡਕਟ, ਵੀ ਆਰ ਯੂਜਿੰਗ ਐੱਮ ਪੀ ਵੀਟ ਟੂ ਮੇਕ ਦਿਸ ਆਟਾ, ਐਂਡ ਦਿਸ ਇਜ਼ ਦਾ ਕੁਆਲਿਟੀ ਆਫ ਪੇਂਡੂ। ਪੇਂਡੂ ਦੀ ਹੀ ਕੁਆਲਿਟੀ ਆਪਾਂ ਯੂਜ਼ ਕਰਦੇ, ਵੀ ਡੋਂਟ ਰਿਮੂਵ ਐਨੀ ਚੋਕਰ ਇਨ ਦਿਸ ਆਟਾ। ਸੋ ਦਿਸ ਇਜ਼ ਐੱਮ ਪੀ ਸ਼ਰਬਤੀ ਪੇਂਡੂ ਆਟਾ। ਦੈਨ ਵੀ ਹੈਵ ਬਰਾਊਨ ਆਟਾ, ਸੋ ਦਿਸ ਇਜ਼ ਦਾ ਐਕਸਟਰਾ ਫਾਈਬਰ ਆਟਾ ਦੈਟ ਵੀ ਹੈਵ ਮੇਡ ਇਨ ਅੰਮ੍ਰਿਤਸਰ ਆਪਾਂ ਬਣਾਇਆ, ਅਤੇ ਇਹਦਾ ਸਾਨੂੰ ਬਹੁਤ ਅੱਛਾ ਰਿਸਪੋਂਸ ਰਿਹਾ। ਇਹ ਐਸਾ ਆਟਾ ਵੈ ਜਿਹੜਾ ਬੰਦਾ ਸਾਡਾ ਬਰਾਊਨ ਆਟਾ ਇੱਕ ਵਾਰੀ ਖਾ ਲੈਂਦਾ, ਜੇ ਉਹਨੂੰ ਪਸੰਦ ਆ ਜਾਂਦਾ, ਤੁਸੀਂ ਇਹ ਸਮਝੋ ਉਹ ਹੋਰ ਕੋਈ ਆਟਾ ਨਹੀਂ ਖਾਏਗਾ। ਇਹ ਇੱਕ ਪ੍ਰਾਈਮ ਆਟਾ, ਚੱਕੀ ਫਰੈਸ਼ ਆਟਾ, ਇਹ ਸਭ ਤੋਂ ਘੱਟ ਚੋਕਰ ਵਾਲਾ ਆਟਾ ਵੈ। ਤੁਸੀਂ ਇਹ ਸਮਝੋ ਕਿ ਇਹਦੇ 'ਚ ਪੇਂਡੂ ਨਾਲੋਂ ਘੱਟ ਚੋਕਰ ਹੈਗਾ ਵੈ, ਪਰ ਇਹਦੇ 'ਚ ਵੀ ਆਪਾਂ ਚੋਕਰ ਕੰਟੈਂਟ ਰੱਖਿਆ ਹੋਇਆ। ਕੁਛ ਲੋਕ ਹੈਗੇ ਆ ਬਹੁਤ ਚੋਕਰ ਬਿਲਕੁਲ ਵੀ ਥੋੜ੍ਹੇ ਅਡਿਕਟ ਹੁੰਦੇ ਆ, ਜਾਂ ਥੋੜ੍ਹਾ ਉਹਨਾਂ ਨੂੰ ਪ੍ਰੋਬਲਮ ਹੁੰਦੀ ਆ ਚੋਕਰ ਤੋਂ, ਉਹਨਾਂ ਦੀ ਅਬਡੋਮਨ ਨੂੰ ਇਸ਼ੂ ਹੁੰਦਾ, ਤਾਂ ਪ੍ਰਾਈਮ ਆਟਾ, ਚੱਕੀ ਫਰੈਸ਼ ਆਟਾ ਜਿਹੜਾ ਹੈਗਾ ਵੈ, ਇਹ ਖਾ ਸਕਦੇ। ਥੋੜ੍ਹਾ ਜਿਹਾ ਵਾਈਟ ਕੈਟੇਗਰੀ 'ਚ ਆ ਜਾਂਦਾ ਇਹ ਵਾਲਾ ਆਟਾ। ਇਹ 4 ਵਰਾਇਟੀਆਂ ਜਿਹੜੀਆਂ ਤੁਸੀਂ ਗੱਲ ਕਰੀਏ, ਤਾਂ ਤੁਹਾਡੇ ਆਟੇ ਦੇ ਵਿੱਚ ਸਵਾਦ ਕੀ ਇਸ ਤਰ੍ਹਾਂ ਦਾ ਸਵਾਦ ਹੈ ਜਿਹੜਾ ਇੱਕ ਵਾਰੀ ਖਾਂਦਾ ਤੁਹਾਡੇ ਆਟੇ ਦਾ ਮਰੀਦ ਹੋ ਜਾਂਦਾ? ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਵੀ ਇੱਕ ਵਾਰੀ ਤੁਹਾਡੇ ਕੋਲ ਆਟਾ ਲੈ ਕੇ ਗਿਆ, ਹੁਣ ਮੈਨੂੰ ਹੋਰ ਕੋਈ ਚੱਕੀ ਦਾ ਆਟਾ ਸਵਾਦ ਹੀ ਨਹੀਂ ਲੱਗਦਾ। ਉਹਦੇ ਦੋ ਕਾਰਨ ਹੈ, ਇੱਕ ਤਾਂ ਵੇਖੋ ਚੋਕਰ ਜਿਹੜਾ ਹੈਗਾ ਵਾ ਆਪਾਂ ਨੇਚਰ ਤੋਂ ਬਣੇ ਹਾਂ, ਸਾਨੂੰ ਕੁਦਰਤ ਨੇ ਬਣਾਇਆ, ਕਣਕ ਵੀ ਕੁਦਰਤ ਨੇ ਬਣਾਈ। ਕੁਦਰਤ ਨੂੰ, ਰੱਬ ਨੂੰ ਜ਼ਿਆਦਾ ਪਤਾ ਵਾ ਕਿ ਇੱਕ ਇਨਸਾਨ ਨੂੰ ਮੈਂ ਕੀ ਦੇਣਾ, ਅਤੇ ਜੇ ਉਹਨੇ ਛਿਲਕਾ ਬਣਾਇਆ ਕਣਕ ਦਾ ਤਾਂ ਓਬਵੀਅਸਲੀ ਉਹ ਇਨਸਾਨ ਵਾਸਤੇ ਹੀ ਬਣਾਇਆ ਹੈਗਾ, ਇਨਸਾਨ ਦੀ ਨੀਡਸ ਵਾਸਤੇ ਬਣਾਇਆ ਹੈਗਾ। ਕਹਿੰਦੇ ਨਾ ਕੁਦਰਤ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ, ਨੇਚਰ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ, ਅਤੇ ਨੇਚਰ ਬਹੁਤ ਜ਼ਿਆਦਾ ਨੌਲੇਜੇਬਲ, ਬਹੁਤ ਜ਼ਿਆਦਾ ਇੰਟੈਲੀਜੈਂਟ ਹੈ। ਅਤੇ ਇਸ ਕਰਕੇ ਜਦੋਂ ਤੁਸੀਂ ਚੋਕਰ ਵਾਲਾ ਆਟਾ ਦੁਬਾਰਾ ਖਾਣਾ ਸ਼ੁਰੂ ਕੀਤਾ ਹੈਗਾ, ਤੁਹਾਡੀ ਬੋਡੀ ਨੇ ਰਿਐਕਟ ਕੀਤਾ ਹੋਏਗਾ, ਤੁਹਾਡੀ ਬੋਡੀ ਨੇ ਉਹਨੂੰ ਪੋਜ਼ੀਟਿਵਲੀ ਰਿਐਕਟ ਕੀਤਾ ਹੋਏਗਾ, ਪੋਜ਼ੀਟਿਵ ਪੋਜ਼ੀਟਿਵ ਚਾਰਜ ਇੱਕ ਦੂਸਰੇ ਨਾਲ ਇਸ ਤਰੀਕੇ ਨਾਲ ਆਇਆ ਹੋਇਆ ਹੈਗਾ, ਜਿਵੇਂ ਬੋਡੀ ਬੜੇ ਸਾਲਾਂ ਤੋਂ ਇੱਕ ਚੀਜ਼ ਤੋਂ ਵਾਂਝੀ ਹੈਗੀ ਆ, ਉਹਦੇ ਤੋਂ ਹਟੀ ਹੈਗੀ ਆ, ਅਤੇ ਉਹਦਾ ਦੁਬਾਰਾ ਮਿਲਾਪ ਹੋਇਆ ਉਹਦੇ ਨਾਲ, ਇਸ ਕਰਕੇ ਹੀ ਤੁਹਾਨੂੰ ਅੱਛਾ ਉਹ ਲੱਗਿਆ। ਦੂਸਰਾ ਰੀਜ਼ਨ ਇਹ ਵਾ, ਉਹੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਪਹਾੜੀ ਪੱਥਰ ਤੋਂ ਆਟਾ ਬਣਿਆ ਹੈ। ਵੇਖੋ ਹਮੇਸ਼ਾ ਕੁਦਰਤੀ ਪੱਥਰ ਦੇ ਨਾਲ ਹੀ ਅਨਾਜ ਨੂੰ ਕੁੱਟ ਕੇ ਆਟਾ ਬਣਦਾ ਰਿਹਾ ਵਾ ਹਜ਼ਾਰਾਂ ਸਾਲਾਂ ਤੋਂ, ਜਦੋਂ ਤੋਂ ਹਿਊਮਨਸ ਦੀ ਐਵੋਲਿਊਸ਼ਨ ਹੋਈ ਹੈ, ਜਦੋਂ ਤੋਂ ਇਨਸਾਨਾਂ ਦੀ ਐਵੋਲਿਊਸ਼ਨ ਹੋਈ ਹੈ, ਵੀ ਆਰ ਯੂਜ਼ਿੰਗ ਦ ਸੇਮ ਟੈਕਨੋਲੋਜੀ। ਬਟ ਕਿਉਂਕਿ ਕਮਰਸ਼ੀਅਲਾਈਜ਼ ਹੋ ਚੁੱਕੇ ਹਾਂ ਆਪਾਂ ਅੱਜ ਦੀ ਡੇਟ 'ਚ, ਤੁਸੀਂ ਹਰ ਚੀਜ਼ 'ਚ ਦੇਖ ਲਓ ਮਿਲਾਵਟ ਸਾਨੂੰ ਮਤਲਬ ਬਹੁਤ ਜ਼ਿਆਦਾ, ਦੁੱਧ ਹੋ ਗਿਆ, ਘਿਓ ਹੋ ਗਿਆ, ਆਟਾ ਹੋ ਗਿਆ, ਕਿਸੇ ਵੀ ਚੀਜ਼ ਨੂੰ ਲੈ ਲਓ, ਮਿਲਾਵਟ ਅਡਲਟਰੇਸ਼ਨ ਬਹੁਤ ਜ਼ਿਆਦਾ ਵੱਧ ਚੁੱਕੀ, ਬਹੁਤ ਹਾਈ ਲੈਵਲ 'ਤੇ ਜਾ ਚੁੱਕੀ, ਤੁਸੀਂ ਸੋਚ ਨਹੀਂ ਸਕਦੇ। ਅਤੇ ਉਹਦੇ ਬਣਾਉਣ ਦੀਆਂ ਪੱਧਤੀਆਂ, ਸਭ ਚੀਜ਼ਾਂ ਜਿਹੜੀਆਂ ਹੈਗੀਆਂ ਵਾ ਉਹ ਕਮਰਸ਼ੀਅਲਾਈਜ਼ ਵੇ ਆ ਚੁੱਕੇ। ਹੁਣ ਤੁਸੀਂ ਦੇਖੋ ਅੱਜ ਦੀ ਡੇਟ 'ਚ ਹੁਣ A2 ਘਿਓ ਦੀ ਗੱਲ ਕਰਦੇ ਆ, ਉਹੀ ਆ ਪੁਰਾਣੀਆਂ ਟੈਕਨੀਕਸ, ਪੁਰਾਣੇ ਤਰੀਕੇ ਨਾਲ ਕਹਿੰਦੇ ਘਿਓ ਕੱਢੋ, ਦੁੱਧ ਨੂੰ ਮਤਲਬ ਉਹ ਦੁੱਧ 'ਚੋਂ ਮੱਖਣ ਕੱਢੋ, ਫਿਰ ਉਹਦੇ ਉਬਾਲ ਕੇ ਉਹਦੇ 'ਚੋਂ ਘਿਓ ਕੱਢੋ, ਫਿਰ ਉਸੇ ਤਰੀਕੇ ਨਾਲ ਪੁਰਾਣੀਆਂ ਚੀਜ਼ਾਂ ਵੱਲ ਆਪਾਂ ਜਾਣਾ ਸ਼ੁਰੂ ਕਰਤਾ ਵਾ। ਅਤੇ ਇਸੇ ਕਰਕੇ ਸਾਡਾ ਜਿਹੜਾ ਆਟਾ ਵਾ ਇਸੇ ਚੀਜ਼ ਨੂੰ ਮਾਈਂਡ 'ਚ ਮਤਲਬ ਰੱਖ ਕੇ ਆਪਾਂ ਬਣਾਇਆ ਵਾ, ਕਿ ਮੇਨ ਪ੍ਰਮੋਸ਼ਨ ਸਾਡੀ ਹੈਗੀ ਕਿ ਆਪਾਂ ਚੋਕਰ ਨੂੰ ਨਾ ਛੱਡੀਏ, ਚੋਕਰ ਖਾਈਏ, ਚੋਕਰ ਬਹੁਤ ਜ਼ਰੂਰੀ ਆ। ਅਤੇ ਤੁਹਾਡੀ ਪ੍ਰਮੋਸ਼ਨ ਆ, ਕਈ ਲੋਕਾਂ ਦੀ ਸ਼ੂਗਰ ਜਿਹੜੀ ਆ ਕੰਟਰੋਲ 'ਚ ਆ ਗਈ ਹੈ, ਕਈਆਂ ਦਾ ਵੇਟ ਘੱਟ ਗਿਆ, ਕਈਆਂ ਦੀ ਐਸਿਡਿਟੀ ਏਸਿਡ ਬਣਨਾ ਬੰਦ ਹੋ ਗਿਆ, ਅਤੇ ਬਹੁਤ ਜ਼ਿਆਦਾ ਸਰੀਰਕ ਤੌਰ 'ਤੇ ਉਹਨਾਂ ਨੂੰ ਹੈਲਦੀ ਜਿਹੜੇ ਆਪਣਾ ਇਸ਼ੂਸ ਹੈਗੇ ਸੀ ਉਹ ਸੋਲਵ ਹੋ ਗਏ। ਜੇ ਹੁਣ ਦੂਸਰੀ ਗੱਲ ਕਰੀਏ, ਤਾਂ ਇੱਕ ਤੁਸੀਂ ਔਫਰ ਵੀ ਲੈ ਕੇ ਆਏ ਹੋ ਕਿ ਹੋਮ ਡਿਲੀਵਰੀ ਵੀ ਦੇਣੀ ਸ਼ੁਰੂ ਕਰ ਦਿੱਤੀ ਆਪਣੇ ਆਟੇ ਦੀ, ਅਤੇ ਨਾਲ ਤੁਸੀਂ ਮਾਜ਼ਾ ਦੀ ਬੋਤਲ ਵੀ ਵੰਡਦੇ ਪਏ ਹੋ। ਹਾਂ, ਇਹ ਹੁਣ ਆਪਾਂ ਕਿਉਂਕਿ ਆਪਾਂ ਵੀ ਸਟਾਰਟਡ ਵਿਦ ਹੋਮ ਡਿਲੀਵਰੀ ਓਨਲੀ, ਬਟ ਇੱਕ ਵਟਸਐਪ 'ਤੇ ਆਪਾਂ ਸ਼ੁਰੂ ਕੀਤਾ ਸੀ, ਬੜੇ ਛੋਟੇ ਲੈਵਲ ਤੋਂ ਸ਼ੁਰੂ ਕੀਤਾ ਆਪਾਂ ਜਦੋਂ 2020 ਦੇ ਵਿੱਚ ਲੋਕਡਾਊਨ ਦੇ ਵਿੱਚ ਹੀ ਸ਼ੁਰੂ ਕੀਤਾ ਸੀ। ਫਿਰ ਆਪਾਂ ਹੋਲਸੇਲ ਮਾਰਕੀਟ ਨੂੰ ਮਤਲਬ ਦੇਣਾ ਸ਼ੁਰੂ ਕੀਤਾ, ਰਿਟੇਲਰਸ ਨੂੰ ਦੇਣਾ ਸ਼ੁਰੂ ਕੀਤਾ। ਹੁਣ ਆਪਾਂ ਉਹਨਾਂ ਨੂੰ ਦੇਣ ਤੋਂ ਇਲਾਵਾ ਵੀ ਆਪਾਂ ਹੋਮ ਡਿਲੀਵਰੀ, ਕਿਉਂਕਿ ਬਹੁਤ ਸਾਰੇ ਸਟੋਰਸ ਐਸੇ ਹੈਗੇ ਆ, ਕਿਉਂਕਿ ਤੁਹਾਨੂੰ ਪਤਾ ਹੈ ਕਿ ਬੰਦ ਹੋ ਚੁੱਕੇ ਆ ਡੀਮਾਰਟ ਵਗੈਰਾ, ਮਤਲਬ ਅੱਛੇ ਅੱਛੇ ਸਟੋਰਾਂ 'ਤੇ ਲੋਕ ਮਤਲਬ ਜਾ ਚੁੱਕੇ ਆ, ਤਾਂ ਉੱਥੇ ਤਾਂ ਚਲੋ ਸਾਡਾ ਆਟਾ ਨਹੀਂ ਅਵੇਲੇਬਲ ਹੈਗਾ, ਉਹਦੇ ਕੁਛ ਅਲੱਗ ਰੀਜ਼ਨਸ ਹੈਗੇ ਆ ਨਾ ਅਵੇਲੇਬਲ ਹੋਣ ਦੇ। ਅਤੇ ਆਪਾਂ ਆਪਣੀ ਹੋਮ ਡਿਲੀਵਰੀ ਆਪਣੀ ਐਪ ਲਾਂਚ ਕੀਤੀ ਹੈ, ਉਹ ਐਸੀ ਐਪ ਆਪਾਂ ਬਣਾਈ ਹੈ ਜਿਹੜੀ ਕਿ ਮੈਂ ਕਹਿੰਦਾ ਕਿ ਅਗਲੇ 1 ਸਾਲ ਦੇ ਵਿੱਚ ਹਰ ਇੱਕ ਪੰਜਾਬੀ ਬੰਦੇ ਨੂੰ, ਹਰ ਇੱਕ ਇੰਡੀਆ ਦੇ ਬੰਦੇ ਨੂੰ ਆਪਣੇ ਮੋਬਾਈਲ ਦੇ ਵਿੱਚ ਰੱਖਣੀ ਚਾਹੀਦੀ। ਕਿਉਂ? ਉਹਦੇ 'ਚ ਹਰ ਇੱਕ ਹੈਲਦੀ ਅਨਾਜ, ਹਰ ਇੱਕ ਕਣਕ ਦੀ ਅਲੱਗ ਅਲੱਗ ਵੇਰੀਐਂਟ ਦੇ ਆਟੇ,
मिलेट्स दे आटे, जिवें तुसी देखोगे प्रधानमंत्री मोदी जी ने भी मिलेट्स ईयर 2023 लॉन्च किया है, मिलेट्स ईयर 2023 चल रहा है कि मोटा अनाज। मोटे अनाज के बहुत सारे बेनिफिट्स है। मोटा अनाज मतलब आज दी डेट जो डाइटिशियंस है कह रहे कि इन केस यू स्टार्ट ईटिंग दीज मिलेट्स आटा, मिलेट्स मतलब इनू लेना शुरू कर दियो, इट विल क्योर यू फ्रॉम डायबिटीज़, बीपी, शुगर, हाई कोलेस्ट्रॉल, ये सब चीज़ों तो बहुत ज़्यादा क्योर कर दे मिलेट्स आटे। ए जो तुम इन कणक के आटे नाल मिक्स करके जो तुम खाते हो तो हैल्थ बेनीफिट्स, ट्रिमेंडस हैल्थ बेनीफिट्स ये सानू मिलते हैं। ऑफर जिहड़ा साडा चलता पाया कि ऐप उत्ते प्रशादा दी ऐप है साडी, जिवें तुसी ओ प्रशादा ऐप नूं डाउनलोड करो ते तुहाडे फस्ट ऑर्डर ते जिहड़ा तुसी ऑर्डर पाओगे ते 450 तो उत्ते दा जो ऑर्डर पाओगे तुहानूं 75 रुपए दी माजा 1.25 लीटर दी माजा तुहानूं फ्री मिलेगी। 450 तो उत्ते जे तुसी ऑर्डर पाउंदे हो, फस्ट ऑफर है फस्ट ऑर्डर दे नाल हर एक ओवर द पूरे अमृतसर दे विच। ते साडी डिलीवरी बहुत फास्ट है, विदइन 2 to 3 hours ਆਪਾਂ ਆਟਾ ਲੋਕਾਂ ਦੇ ਘਰ 'ਚ ਡਿਲੀਵਰ ਕਰ ਰਹੇ ਹਾਂ, ਕਮਿਟ ਕਰ ਰਹੇ ਹਾਂ ਅਤੇ ਡਿਲੀਵਰ ਕਰਦੇ ਵੀ ਪਏ। ਕਿੰਨੇ ਕਿਲੋਮੀਟਰ ਦਾ ਏਰੀਆ ਤੁਸੀਂ ਕਵਰ ਕਰਦੇ ਹੋ? ਪੂਰਾ ਅੰਮ੍ਰਿਤਸਰ, ਪੂਰਾ ਅੰਮ੍ਰਿਤਸਰ ਮਤਲਬ ਅਰਾਊਂਡ 30-40 ਕਿਲੋਮੀਟਰਸ ਦਾ ਏਰੀਆ ਆਪਾਂ ਸਰਵ ਕਰਦੇ ਪਏ। ਔਲਰੇਡੀ ਤੁਹਾਡੇ ਹੈਪੀ ਕਸਟਮਰ ਕਿੰਨੇ ਕੁ ਹੋ ਚੁੱਕੇ ਅੱਜ ਤੱਕ ਇਹਦੇ ਔਨਲਾਈਨ ਦੇ ਕਿ ਓਵਰਆਲ ਅੰਮ੍ਰਿਤਸਰ 'ਚ? ਅੰਮ੍ਰਿਤਸਰ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ ਤਾਂ ਗਿਣਤੀ ਮਤਲਬ ਵੱਧਦੀ ਰਹੀ ਹੈ, ਮਤਲਬ ਅਰਾਊਂਡ ਸਾਡੇ ਅੱਜ ਦੀ ਡੇਟ 'ਚ 3,000-4,000 ਕਸਟਮਰ ਆਪਾਂ ਆਲਰੇਡੀ ਫੈਮਲੀਜ਼ ਨੂੰ ਆਪਾਂ ਸਰਵ ਕਰਦੇ ਪਏ ਹਾਂ ਐਂਡ ਦਿਸ ਇਜ਼ ਗਰੋਇੰਗ ਰੈਪਿਡਲੀ, ਯੂ ਨੋ ਐਵਰੀ ਮੰਥ 10-15% ਸਾਡਾ ਗਰੋਥ ਰੇਟ ਸਾਡਾ ਹੈਗਾ ਅਤੇ ਆਪਾਂ ਇਹਨੂੰ ਹੋਰ ਆਉਣ ਵਾਲੇ ਟਾਈਮ 'ਚ ਘਰ ਘਰ ਦੇ ਵਿੱਚ ਪਹੁੰਚਾਉਣ ਦੀ ਸਾਡਾ ਮਤਲਬ ਮੋਟੋ ਲੈ ਕੇ ਚੱਲ ਰਹੇ ਹਾਂ ਕਿ ਇੱਕ ਇੱਕ ਘਰ ਦੇ ਵਿੱਚ, ਇੱਕ ਇੱਕ ਮੋਬਾਈਲ ਦੇ ਵਿੱਚ ਇੱਕ ਪ੍ਰਸ਼ਾਦਾ ਦੀ ਐਪ ਹੋਣੀ ਜ਼ਰੂਰੀ ਹੈ। ਪ੍ਰਸ਼ਾਦਾ ਇੱਕ ਬੜਾ ਹੀ ਇੱਕ ਰਿਲੀਜੀਅਸ ਮਤਲਬ ਨੇਮ ਹੈ ਸਾਡੀ, ਬੜਾ ਸਾਡੀ ਹਾਰਟ ਨਾਲ ਕਨੈਕਟ ਹੈ ਅਤੇ ਆਪਾਂ ਚਾਹੁੰਦੇ ਹਾਂ ਕਿ ਪ੍ਰਸ਼ਾਦਾ ਐਸਾ ਖਾਧਾ ਜਾਵੇ ਜਿਹਦੇ 'ਚ ਫੀਲਿੰਗਸ ਤਾਂ ਹੋ ਨਹੀਂ ਹੋਣ ਪਰ ਉਹ ਹੈਲਦੀ ਵੀ ਹੋਵੇ, ਉਹਦੇ ਨਾਲ ਲੋਕਾਂ ਦੀ ਸਿਹਤ ਵੀ ਅੱਛੀ ਹੋਵੇ। ਇਸੇ ਚੀਜ਼ ਨੂੰ ਦਿਮਾਗ 'ਚ ਰੱਖ ਕੇ ਆਪਾਂ ਇਹ ਬ੍ਰਾਂਡ ਲਾਂਚ ਕੀਤਾ ਸੀ ਅਤੇ ਹੁਣ ਗਰੋ ਕਰ ਰਹੇ ਹਾਂ ਅਤੇ ਨਾਓ ਵੀ ਆਰ ਪਲੈਨਿੰਗ ਟੂ ਲਾਂਚ ਇਨ ਦਿੱਲੀ NCR ਆਲਸੋ, ਨਾਓ ਵੈਰੀ ਸੂਨ ਪ੍ਰਸ਼ਾਦਾ ਆਟਾ ਵਿਲ ਬੀ ਅਵੇਲੇਬਲ ਇਨ ਗੁੜਗਾਓਂ ਆਲਸੋ ਇਨ ਬਲਿੰਕਿਟ ਥਰੂ ਦੀਜ ਫੂਡ ਟੈਕ ਕੰਪਨੀਜ਼, ਤੋ ਉੱਥੇ ਵੀ ਸਾਡਾ ਸ਼ੁਰੂ ਹੋਣ ਜਾ ਰਿਹਾ ਦਿੱਲੀ NCR 'ਚ ਵੀ, ਦਿੱਲੀ ਗੁੜਗਾਓਂ 'ਚ ਵੀ। ਅਤੇ ਬਹੁਤ ਵੱਡੀ ਗੱਲ ਕੀਤੀ ਕਿ ਅੰਮ੍ਰਿਤਸਰ ਤੋਂ ਪ੍ਰਸ਼ਾਦਾ ਆਟਾ ਦਿੱਲੀ ਵੀ ਪਹੁੰਚ ਰਿਹਾ ਅਤੇ ਪੂਰੇ ਹੌਲੀ ਹੌਲੀ ਪੂਰੇ ਭਾਰਤ ਵਿੱਚ ਪਹੁੰਚੇਗਾ। ਅਤੇ ਸਭ ਤੋਂ ਪਹਿਲਾਂ ਤੁਹਾਡੀ ਜਾਣਕਾਰੀ ਦੱਸ ਲਈਏ ਕਿ ਸਰੀਰ ਜਿਹੜਾ ਇਨਸਾਨ ਦਾ ਬਣਿਆ, ਭਾਰਤੀ ਸਰੀਰ ਦੀ ਖਾਸ ਕਰ ਗੱਲ ਕਰੀਏ ਅਤੇ ਆਯੁਰਵੈਦਿਕ ਦੇ ਅਨੁਸਾਰ ਭਾਰਤੀ ਸਰੀਰ ਦੇ ਵਿੱਚ ਮੋਟੇ ਅਨਾਜ ਦੀ ਵਰਤੋਂ ਹੀ ਬਹੁਤ ਅੱਛੀ ਹੁੰਦੀ ਹੈ। ਅਤੇ ਜਿਸ ਤਰ੍ਹਾਂ ਸਾਨੂੰ ਅਮਿਤ ਭੱਲਾ ਜੀ ਨੇ ਦੱਸਿਆ ਕਿ ਇਹਨਾਂ ਦੇ ਅਨਾਜ ਦੇ ਵਿੱਚ ਕਣਕ ਦਾ ਛਿਲਕਾ ਨਹੀਂ ਕੱਟਿਆ ਜਾਂਦਾ, ਯਾਨੀ ਕਿ ਚੋਕਰ ਤੁਹਾਡੇ ਆਟੇ ਦੇ ਵਿੱਚ ਹੁੰਦਾ। ਅਤੇ ਦੂਸਰੀ ਚੀਜ਼ ਸਭ ਤੋਂ ਜ਼ਰੂਰੀ ਕੀ ਹੈ, ਇਹਦੀ ਪਿਸਾਈ ਕਿਸ ਤਰ੍ਹਾਂ ਹੋ ਰਹੀ ਹੈ? ਪਿਸਾਈ ਲਈ ਪਹਾੜੀ ਚੱਕੀ, ਪਹਾੜੀ ਪੱਥਰ ਦਾ ਯੂਜ਼ ਇਸਤੇਮਾਲ ਕੀਤਾ ਗਿਆ ਅਤੇ ਜਿਹਦੇ ਵਿੱਚ ਇਹਦੀ ਕੁਆਲਿਟੀ ਬਰਨ ਨਹੀਂ ਹੁੰਦੀ, ਜਿਹਦੇ ਵਿੱਚ ਕਣਕ ਦੀ ਗੁਣਵੱਤਾ ਜਿਹੜੀ ਆ ਉਸ ਹਿਸਾਬ ਨਾਲ ਰਹਿੰਦੀ ਹੈ, ਜੋ ਕਿ ਸਰੀਰ ਲਈ ਜ਼ਰੂਰੀ ਆ। ਅੱਜ ਤੁਸੀਂ ਕਿਹੜਾ ਆਹਾਰ ਲੈ ਰਹੇ ਹੋ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਇਸ ਆਹਾਰ ਦੇ ਨਾਲ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਰੋਗ ਹੋ ਸਕਦੇ ਆ, ਇਸ ਲਈ ਸੋਚਣਾ ਬਹੁਤ ਜ਼ਰੂਰੀ ਹੈ ਅਤੇ ਇੱਕ ਵਾਰੀ ਜ਼ਰੂਰ ਸੋਚੋ ਅਤੇ ਪ੍ਰਸ਼ਾਦਾ ਆਟਾ ਖਾ ਕੇ ਜ਼ਰੂਰ ਦੇਖੋ ਅਤੇ ਸਾਨੂੰ ਰਿਵਿਊ ਇਸ ਕਮੈਂਟ ਥੱਲੇ ਜ਼ਰੂਰ ਦਿਓ ਵੀਡੀਓ ਥੱਲੇ। ਅਤੇ ਹੋਰ ਵੀ ਕੋਈ ਜਾਣਕਾਰੀ ਚਾਹੁੰਦੇ ਹੋ ਤਾਂ ਥੱਲੇ ਵੀਡੀਓ ਦੇ ਨੰਬਰ ਦਿੱਤਾ ਗਿਆ, ਸੰਪਰਕ ਕਰ ਸਕਦੇ ਹੋ, ਉਸੇ ਨੰਬਰ ਤੋਂ ਕਾਲ ਕਰਕੇ ਤੁਸੀਂ ਆਟੇ ਦੀ ਡਿਲੀਵਰੀ ਵੀ ਲੈ ਸਕਦੇ ਹੋ, ਨਾਲ ਮੋਬਾਈਲ ਐਪ ਡਾਊਨਲੋਡ ਕਰਦੇ ਹੋ ਤਾਂ ਤੁਹਾਨੂੰ ਇੱਕ ਮਾਜ਼ਾ ਦੀ ਬੋਤਲ ਫ੍ਰੀ ਮਿਲੇਗੀ। ਉਹ ਸਾਰੇ ਕਸਟਮਰਸ, ਕਿਉਂਕਿ ਮੈਂ ਬਹੁਤ ਸਾਰੇ ਇਹੋ ਜਿਹੇ ਕਸਟਮਰਸ ਨੂੰ ਜਾਣਦਾ ਜਿਨ੍ਹਾਂ ਦਾ ਫੈਟੀ ਲੀਵਰ, ਕੌਂਸਟੀਪੇਸ਼ਨ, ਡਾਈਜੈਸ਼ਨ ਦੀ ਪ੍ਰੋਬਲਮਸ ਸਾਡੇ ਆਟੇ ਨਾਲ ਠੀਕ ਹੋਈਆਂ, ਅਤੇ ਮੈਂ ਸਾਰੇ ਉਹ ਕਸਟਮਰਸ ਨੂੰ ਤੁਹਾਡੇ ਥਰੂ ਮਤਲਬ ਰਿਕੁਐਸਟ ਕਰਨਾ ਚਾਹੁੰਦਾ ਕਿ ਉਹ ਇਸ ਮੈਸੇਜ ਨੂੰ ਸਪਰੈਡ ਕਰਨ, ਪ੍ਰਸ਼ਾਦਾ ਨੂੰ ਪ੍ਰਮੋਟ ਕਰਨ, ਔਰ ਈਵਨ ਸਾਡੇ ਫੇਸਬੁੱਕ 'ਤੇ ਆ ਕੇ ਆਪਣੀ ਲਾਈਵ ਵੀਡੀਓਜ਼, ਆਪਣੇ ਐਕਸਪੀਰੀਅੰਸਿਸ ਸ਼ੇਅਰ ਕਰਨ ਸੋਸ਼ਲ ਮੀਡੀਆ 'ਤੇ ਔਫਲਾਈਨ, ਤਾਂ ਕਿ ਦੂਸਰੇ ਲੋਕ ਇਸ ਚੀਜ਼ ਤੋਂ ਨੌਲੇਜ ਲੈ ਸਕਣ ਕਿ ਕਿਸ ਤਰੀਕੇ ਦਾ ਆਟਾ, ਕਿਸ ਉਹਨਾਂ ਦੀ ਵੀ ਹੈਲਪ ਹੋ ਸਕੇ, ਉਹਨਾਂ ਦੀ ਵੀ ਪ੍ਰੋਬਲਮਸ ਜਿਹੜੀਆਂ ਠੀਕ ਹੋ ਸਕਣ। ਮੈਂ ਪਰਸਨਲੀ ਬਹੁਤ ਸਾਰੇ ਲੋਕਾਂ ਨੂੰ ਜਾਣਦਾ, ਬਹੁਤ ਸਾਰੇ ਕਸਟਮਰਸ ਮੇਰੇ ਕੋਲ ਹੈਗੇ ਆ ਜਿਨ੍ਹਾਂ ਨੇ ਕਿ ਪਰਸਨਲੀ ਪਰਸਨਲ ਐਕਸਪੀਰੀਅੰਸ ਸ਼ੇਅਰ ਕੀਤਾ ਕਿ ਉਹਨਾਂ ਦੀ ਬਹੁਤ ਸਾਰੀ ਪ੍ਰੋਬਲਮਸ ਇਹਦੇ ਨਾਲ ਠੀਕ ਹੋਈਆਂ। ਅਤੇ ਬਹੁਤ ਵੱਡੀ ਗੱਲ ਕੀਤੀ ਹੈ ਕਿ ਰੋਟੀ ਤੁਸੀਂ ਉਹੀ ਖਾਂਦੇ ਹੋ, ਪ੍ਰਸ਼ਾਦਾ ਉਹੀ ਛਕਦੇ ਹੋ, ਲੇਕਿਨ ਪ੍ਰਸ਼ਾਦਾ ਕਿਸ ਤਰ੍ਹਾਂ ਦਾ ਜਿਹਦੇ ਨਾਲ ਤੁਹਾਡੀ ਬਿਮਾਰੀ ਦੂਰ ਹੋਣੀ ਸ਼ੁਰੂ ਹੋ ਜਾਏ ਅਤੇ ਕਿ ਉਹਨਾਂ ਆਪਣਾ ਪ੍ਰਸ਼ਾਦਾ ਬਦਲ ਲਈ ਹੈ, ਉਸੇ ਆਟੇ ਦੀ ਰੋਟੀ ਖਾਈਏ ਜਿਹਦੇ ਨਾਲ ਸਾਡੇ ਸਰੀਰ ਦੀਆਂ ਬਿਮਾਰੀਆਂ ਦੂਰ ਹੋ ਜਾਣ। ਤੁਸੀਂ ਦੇਖ ਰਹੇ ਲਾਈਵ ਭਾਰਤ ਅਤੇ ਫੂਡ ਅਪਡੇਟ ਦੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਕਿ ਆਟਾ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਅਤੇ ਇਹ ਆਟਾ ਕਿੰਨਾ ਕੁ ਵਧੀਆ, ਇਹ ਇੱਕ ਵਾਰੀ ਤੁਸੀਂ ਖਾ ਕੇ ਆਪ ਜਵਾਬ ਦਿਓ। ਜੈ ਹਿੰਦ, ਜੈ ਭਾਰਤ।